साड़ी कुड़ी कल दी लड़की मेरी इत्थे बहुत माड़ी घटना हुई है। कल दी असीं इत्थे दाखल कराई, अजे तक कोई पुलिस वाला रिपोर्ट करन कोई भी लैन नहीं आया, अजे तक कोई भी बयान नहीं होया साड़ी कुड़ी दा। गल की हुई है? हाँ जी, गल की हुई है? गल यह हुई माड़ी घटना करो साड़ी कुड़ी जान दी सिलाई करन, ते चुके तो लै गए आ मूँह बन के जाके, उन्होंने जाके तो माड़ा काम किया, जाके नहर कोल छोड़ दी, कुट मार के छोड़ दी। पहचान की है? हाँ जी, पछाण है, रंगड़ दे रहन वाला वा मुंडा। हाँ जी, कोई रिश्तेदार जड़े ना? हाँ जी, रिश्तेदारी है, भरजाई दा अपने वाला। प्रशासन की मांग है तुहाडी, जिस तरह तुहाडे पुलिस ने पुछना है, की कहना चाहुंदे? ਅਸੀਂ ਇਹੋ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਪੂਰਾ ਪੂਰਾ ਇਨਸਾਫ ਮਿਲਣਾ ਚਾਹੀਦਾ ਵਾ। ਅਜੇ ਤੱਕ ਸਾਡੀ ਕੋਈ ਵੀ ਸੁਣਾਈ ਨਹੀਂ ਹੋਣ ਡਈ, ਕਿਸ ਵੀ ਗੱਲਬਾਤ ਦੀ ਸੁਣਾਈ ਨਹੀਂ ਉਹਨਾਂ ਨੇ ਕੀਤੀ। ਕਿੰਨੇ ਵਜੇ ਆਏ ਤੁਸੀਂ ਇੱਥੇ? ਕੱਲ੍ਹ 10-11 ਵਜੇ ਦੇ ਅਸੀਂ ਇੱਥੇ ਪਹੁੰਚੇ ਹਾਂ। ਪੁਲਿਸ ਵਾਲੇ ਅਜੇ ਤੱਕ ਇੱਕ ਵਾਰ ਨਹੀਂ ਆਏ? ਹਾਂਜੀ, ਕੱਲ੍ਹ ਬਸ ਉਹ ਹੀ ਮੈਡਮਾਂ ਆਈਆਂ ਦੋ, ਉਹ ਹੀ ਆਈਆਂ, ਮੁੜ ਕੇ ਉਸ ਤੋਂ ਬਾਅਦ ਕੋਈ ਨਹੀਂ ਆਇਆ। ਬਾਅਦ ਸਜ਼ਾ ਉਹਨਾਂ ਨੂੰ ਹੋਣੀ ਚਾਹੀਦੀ ਹੈ ਜੀ। ਬਹੁਤ ਬੁਰਾ ਹਾਲ ਕੀਤਾ ਉਹਦਾ, ਬੇਟੀ ਦਾ ਮਾਰ ਮਾਰ ਕੇ ਬਹੁਤ ਮਾੜਾ ਹਾਲ ਕੀਤਾ ਜੀ, ਅਤੇ ਇਹਨਾਂ ਨੂੰ ਸਜ਼ਾ ਪੂਰੀ ਮਿਲਣੀ ਚਾਹੀਦੀ ਜੀ। ਸਾਡੀ ਅਬਲ ਤਾਂ ਸਾਰੀ ਉਮਰ ਦੀ ਚਾਹੀਦੀ ਜੀ ਸਜ਼ਾ। ਉਮਰ ਕਿੰਨੀ ਕੁੜੀ ਜੀ? ਉਮਰ 17 ਸਾਲ ਦੀ ਜੀ, ਨਾਬਾਲਗ ਜੀ। ਹਾਂਜੀ, ਜਿਹਨੇ ਰੇਪ ਕੀਤਾ ਜਿਹੜਾ ਉਹ ਰਿਸ਼ਤੇਦਾਰ ਹੀ ਤੁਹਾਡਾ ਲੱਗਦਾ? ਹਾਂਜੀ ਹਾਂਜੀ, ਉਹ ਰਿਸ਼ਤੇਦਾਰ ਹੀ ਹੈ, ਰਿਸ਼ਤੇਦਾਰ ਹੀ। ਤੁਹਾਡੀ ਮੰਗ ਕੀ ਹੈ? ਮੰਗ ਕੀ ਹੈ ਸਾਡੀ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ। ਲੜਕੀ ਨਾ ਸਰ, ਗ੍ਰੰਥਗੜ੍ਹ ਪਿੰਡ ਦੇ ਵਿੱਚ ਇਹਨਾਂ ਨਰੇਗਾ ਦਾ ਕੰਮ ਚੱਲ ਰਿਹਾ ਸੀ। ਇਹ ਲੜਕੀ ਨੂੰ ਲਹੂ ਲੁਹਾਣ ਤੁਰੀ ਆਉਂਦੀ ਦੇਖੀ ਅਸੀਂ, ਇਹਨੂੰ ਪੁੱਛਿਆ, ਇਹ ਕਹਿੰਦੀ ਵੀ ਮੇਰਾ ਐਕਸੀਡੈਂਟ ਹੋਇਆ ਪਹਿਲਾਂ ਦੇ, ਡਰੀ ਹੋਈ ਸੀ ਕਾਫੀ। ਬਾਅਦ ਵਿੱਚ ਇਹਨੂੰ ਥੋੜ੍ਹਾ ਜਿਹਾ ਅਸੀਂ ਪਾਣੀ ਪੂਣੀ ਪਿਆ ਲਿਆ, ਇਹਨੂੰ ਪੁੱਛਿਆ, ਕਹਿੰਦੀ ਵੀ ਮੇਰੇ ਨਾਲ ਰੇਪ ਹੋਇਆ, ਦੋ ਮੁੰਡੇ ਸੀਗੇ ਮੈਨੂੰ ਚੁੱਕ ਕੇ ਲੈ ਗਏ ਆ, ਅਤੇ ਨਹਿਰ ਦੇ ਉੱਤੇ ਖੜ ਕੇ ਇੱਕ ਮਾਰਚ 'ਚ ਮੇਰੇ ਨਾਲ ਰੇਪ ਕੀਤਾ ਇਹਨਾਂ ਨੇ। ਉਸ ਤੋਂ ਬਾਅਦ ਇਹਨੂੰ ਅਸੀਂ ਸਿੱਧਾ ਲੈ ਕੇ ਆ ਗਏ ਥਾਣੇ। ਥਾਣੇ ਤੋਂ ਬਾਅਦ ਇਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਅਸੀਂ ਰਿਪੋਰਟ ਦਿੱਤੀ ਆ, ਉਸ ਤੋਂ ਬਾਅਦ ਕਾਦੀਆਂ ਲੈ ਕੇ ਆ ਗਈਆਂ ਸਿਵਲ ਹੋਸਪਿਟਲ, ਅਤੇ ਇਹਦਾ ਇਲਾਜ ਚੱਲ ਰਿਹਾ, ਅਜੇ ਤੱਕ ਕੋਈ ਆਈ ਕਾਰਵਾਈ ਨਹੀਂ ਹੋਈ ਅਜੇ ਤੱਕ। ਤਾਂ ਕਿੰਨੇ ਵਜੇ ਲੈ ਕੇ ਆਏ ਹੋ ਕੱਲ੍ਹ? ਕੱਲ੍ਹ ਇਹਨਾਂ ਨੂੰ ਅਸੀਂ ਲੈ ਕੇ ਆਏ ਹਾਂ ਜੀ 12 ਵਜੇ ਦੇ ਲਾਗੇ ਛੱਡ ਗਏ। ਇਨਸਾਫ ਮਿਲਣਾ ਚਾਹੀਦਾ ਜੀ, ਦੋਨਾਂ ਨੂੰ ਅਰੈਸਟ ਕਰਨ, ਸਾਡੀ ਇਹੀ ਬੇਨਤੀ ਹੈ। ਉਹਦਾ ਨਾਮ ਹਰਪ੍ਰੀਤ ਕੌਰ ਹੈ, ਪਿੰਡ ਨੰਗਲ ਬੁੱਟਲ ਤੋਂ ਹੈਗੀ ਆ, 17 ਸਾਲ ਦੀ ਹੈਗੀ ਕੁੜੀ। ਉਹ ਸਾਡੇ ਕੱਲ੍ਹ ਐਡਮਿਟ ਹੋਈ ਆ ਹਸਪਤਾਲ 'ਚ, ਅਤੇ ਉਹਦੇ ਬਾਰੇ ਅਸੀਂ ਜੋ ਵੀ ਇਨਫੋਰਮੇਸ਼ਨ ਹੈ ਪੁਲਿਸ ਨੂੰ ਭੇਜ ਦਿੱਤੀ ਹੈ, ਕੱਲ੍ਹ ਵੀ ਭੇਜ ਦਿੱਤੀ ਹੈ। ਉਹਨੂੰ ਫਸਟ ਏਡ ਟ੍ਰੀਟਮੈਂਟ ਸਾਰਾ ਕੁਛ ਦੇ ਦਿੱਤਾ ਗਿਆ, ਉਹਦੀ ਮੈਡੀਸਿਨ ਸਵੇਰੇ ਸ਼ਾਮ ਜੋ ਵੀ ਹੈ ਚੱਲ ਰਹੀ ਹੈ ਇੱਥੇ, ਅਤੇ ਅੱਗੇ ਦੀ ਕਾਰਵਾਈ ਅਸੀਂ ਜੋ ਵੀ ਕਰਨੀ ਹੈ ਉਹ ਸਾਨੂੰ ਪੁਲਿਸ ਦੀ ਫਰਦਰ ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੋਏਗੀ। ਮਾਮਲਾ ਕੀ ਹੈ? ਮਾਮਲਾ ਜੋ ਵੀ ਹੈ ਆਪਾਂ ਪੁਲਿਸ ਦੀ, ਸਾਡੇ ਕੋਲ ਰਿਪੋਰਟ ਜੋ ਵੀ, ਉਹ ਮਾਮਲਾ ਪੁਲਿਸ ਦੇਖਣਗੇ ਨਾ ਕੀ ਹੈਗਾ ਪੁਲਿਸ ਦੀ ਰਿਪੋਰਟ ਕਿਹੜਾ। ਉਹ ਅਸੀਂ ਐਗਜ਼ਾਮੀਨੇਸ਼ਨ ਅੱਗੇ ਜਿਹੜੀ ਜੋ ਵੀ ਕਰਨਾ ਉਹ ਪੁਲਿਸ ਦੀ ਰਿਪੋਰਟ ਤੋਂ ਬਾਅਦ ਹੀ ਕਰਨਾ, ਪੁਲਿਸ ਸਾਡੇ ਕੋਲ ਆਊਗੀ ਸਾਨੂੰ ਕਹੂਗੀ ਕਿ ਇਹਦਾ ਐਗਜ਼ਾਮੀਨੇਸ਼ਨ ਕਰੋ ਜੋ ਵੀ ਹੈ, ਉਸ ਤੋਂ ਬਾਅਦ ਹੀ ਅਸੀਂ ਕਰਨਾ ਜੋ ਕਰਨਾ। ਸਾਡੇ ਵੱਲੋਂ ਜਿਹੜਾ ਇੱਕ ਫਸਟ ਏਡ ਟ੍ਰੀਟਮੈਂਟ ਹੈ ਉਹ ਦੇ ਦਿੱਤਾ ਗਿਆ। ਕਿਸ ਤਰ੍ਹਾਂ ਦੀ ਹਾਲਤ ਵਿੱਚ? ਕੁੜੀ ਦੀ ਹਾਲਤ ਸੀਗੀ, ਪਰੇਸ਼ਾਨੀ ਸੀਗੀ, ਹੁਣ ਜਿਸ ਤਰ੍ਹਾਂ ਦੀ ਸੱਟਾਂ ਲੱਗੀਆਂ ਸੀਗੀਆਂ ਸਰ 'ਚ, ਸਾਰਾ ਉਹਦਾ ਸਾਰਾ ਟ੍ਰੀਟਮੈਂਟ ਉਹਦੇ ਸਭ ਕੁਛ ਕਰ ਲਿਆ ਗਿਆ।